ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਤਿਹਾਸ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਵੱਲੋਂ ਜਗਨਨਾਥਪੁਰੀ ਦੇ ਰਾਜੇ ਨੂੰ ਪੁੱਤਰ ਦੀ ਦਾਤ ਬਖਸ਼ਣੀ। ਕਹਿੰਦੇ ਹਨ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਅਤੇ ਭਾਈ ਕਮਲੀਆ ਜੀ ਦੁਨੀਆਂ ਨੂੰ ਉਤਾਰਦੇ ਹੋਏ ਜਗਨਨਾਥਪੁਰੀ ਪਹੁੰਚੇ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਸਮੁੰਦਰ ਦੇ ਕਿਨਾਰੇ 'ਤੇ ਧੂਣਾ ਤਾ ਕੇ ਆਸਣ ਲਾ ਲਿਆ ਅਤੇ ਦੂਰ ਦੂਰ ਤੋਂ ਲੋਕ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ ਅਤੇ ਕਈ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਇਹ ਜਟਾ ਜੂੜ ਤਪੱਸਵੀ ਕੰਨ ਵਿੱਚ ਮਾਸ ਦਾ ਮੁੰਦਰਾ, ਇੰਝ ਲੱਗਦਾ ਹੈ ਜਿਵੇਂ ਆਪ ਸ਼ਿਵ ਸ਼ੰਕਰ ਭੋਲੇ ਭੰਡਾਰੀ ਕੈਲਾਸ਼ ਪਰਬਤ ਉੱਤਰ ਕੇ ਦੁਨੀਆਂ ਨੂੰ ਤਾਰਨ ਲਈ ਆਏ ਹਨ। ਸੰਗਤਾਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨੂਰੀ ਮੁਖੜੇ ਨੂੰ ਵੇਖਣ ਲਈ ਮੁੜ ਮੁੜ ਕੇ ਫਿਰ ਆ ਜਾਂਦੀਆਂ ਹਨ। ਤਰ੍ਹਾਂ ਤਰ੍ਹਾਂ ਦੀਆਂ ਲੋਕ ਦਾਤਾਂ ਮੰਗਦੇ ਹਨ, ਪਰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਗਿਆ। ਜੋ ਜੋ ਵੀ ਕਿਸੇ ਨੇ ਮੰਗਿਆ, ਮੇਰੇ ਮਾਲਕ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਸਭ ਦੀਆਂ ਝੋਲੀਆਂ ਦਾਤਾਂ ਨਾਲ ਭਰ ਦਿੱਤੀਆਂ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਦੌਲਤ ਵਾਲਿਆਂ ਨੂੰ ਦੌਲਤ, ਬੇ ਔਲਾਦ ਵਾਲਿਆਂ ਨੂੰ ਔਲਾਦ ਬਖਸ਼ੀ ਅਤੇ ਬੇਰੁਜ਼ਗਾਰ ਵਾਲਿਆਂ ਨੂੰ ਰੁਜ਼ਗਾਰ ਬਖਸ਼ਿਆ। ਬਾਬਾ ਜੀ ਨੇ ਰੋਗੀਆਂ ਨੂੰ ਅਰੋਗਤਾ ਬਖਸ਼ੀ। ਜੋ ਵੀ ਬਾਬਾ ਜੀ ਦੇ ਕੋਲ ਆਇਆ ਉਹ ਹਮੇਸ਼ਾ ਲਈ ਭਰਪੂਰ ਹੋ ਕੇ ਗਿਆ। ਜੋ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਨਾ, ਇੱਕ ਵਾਰ ਧੰਨ ਗੁਰੂ ਨਾਨਕ ਪਾਤਸ਼ਾਹ ਅਤੇ ਧੰਨ ਉਸਦਾ ਲਾਡਲਾ ਬਾਬਾ ਸ਼੍ਰੀ ਚੰਦ ਮਹਾਰਾਜ ਜ਼ਰੂਰ ਕਹਿੰਦਾ ਹੈ। ਉਦਾਸੀ ਭੇਖ ਵਿੱਚ ਬਾਬਾ ਸ਼੍ਰੀ ਚੰਦ ਮਹਾਰਾਜ ਜਗਨਨਾਥਪੁਰੀ ਨੂੰ ਤਾਰ ਰਹੇ ਹਨ ਅਤੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਜਗਨਨਾਥਪੁਰੀ ਦਾ ਰਾਜਾ ਉਦੇ ਸੈਨ, ਪੰਡਿਤ, ਵਜ਼ੀਰ, ਰਾਣੀ ਸਮੇਤ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਣ ਪਹੁੰਚੇ ਅਤੇ ਕਈ ਹੀਰੇ ਜਵਾਹਰਾਤ ਭੇਟ ਕੀਤੇ। ਪਰ ਧੰਨ ਮੇਰੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਸਭ ਭੇਟਾਂ ਮੋੜ ਦਿੱਤੀਆਂ ਅਤੇ ਕਹਿਣ ਲੱਗੇ ਕਿ ਰਾਜਨ, ਇਹ ਸਾਡੇ ਕਿਸੇ ਕੰਮ ਨਹੀਂ ਹਨ। ਅਸੀਂ ਦੁਨੀਆਂ ਦਾ ਤਿਆਗ ਕੀਤਾ ਹੋਇਆ ਹੈ, ਇਹਨਾਂ ਪਦਾਰਥਾਂ ਨਾਲ ਸਾਡਾ ਕੋਈ ਮੋਹ ਨਹੀਂ ਹੈ। ਕਹਿੰਦੇ ਹਨ ਕਿ ਉਸ ਵੇਲੇ ਰਾਜਾ ਉਦੇ ਸੈਨ ਹੱਥ ਬੰਨ੍ਹ ਕੇ ਬਾਬਾ ਜੀ ਨੂੰ ਕਹਿਣ ਲੱਗਾ, ਕਿਰਪਾ ਨਿਧਾਨ, ਮਿਹਰਬਾਨ ਜਾਣੀ ਜਾਣ ਜੀ, ਮੇਰੇ ਦਿਲ ਦੀ ਮੁਰਾਦ ਪੂਰੀ ਕਰੋ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿਣ ਲੱਗੇ ਕਿ ਰਾਜਨ, ਕੀ ਗੱਲ ਹੈ, ਕਿਸ ਗੱਲ ਤੋਂ ਪਰੇਸ਼ਾਨ ਹੋ? ਤਾਂ ਬਾਬਾ ਜੀ ਨੂੰ ਰੋ ਰੋ ਕੇ ਕਹਿਣ ਲੱਗਾ ਕਿ ਮਹਾਰਾਜ, ਮੇਰੇ ਘਰ ਕੋਈ ਔਲਾਦ ਨਹੀਂ ਹੈ, ਐਡੇ ਵੱਡੇ ਰਾਜ ਭਾਗ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਇੰਨੀ ਗੱਲ ਸੁਣਦਿਆਂ ਹੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਮਿਹਰਾਂ ਦੇ ਸਾਗਰ ਝੱਟ ਮਿਹਰਾਂ ਵਿੱਚ ਆ ਗਏ ਅਤੇ ਕਹਿਣ ਲੱਗੇ ਕਿ ਰਾਜਨ, ਤੇਰੇ ਘਰ ਚੰਨ ਤੋਂ ਸੋਹਣਾ ਪੁੱਤਰ ਪੈਦਾ ਹੋਵੇਗਾ। ਇਹ ਗੱਲ ਸੁਣ ਕੇ ਰਾਜਾ ਉਦੇ ਸੈਨ ਕਹਿਣ ਲੱਗਾ ਕਿ ਮਹਾਰਾਜ, ਮੈਨੂੰ ਜੋਤਸ਼ੀਆਂ ਨੇ ਜੋਤਿਸ਼ ਦੇ ਹਿਸਾਬ ਨਾਲ ਅਤੇ ਪੰਡਿਤਾਂ ਨੇ ਪੁਰਾਣ ਵੇਦ ਖੋਲ੍ਹ ਕੇ ਦੱਸਿਆ ਹੈ ਕਿ ਤੇਰੇ ਘਰ 7 ਜਨਮ ਤੱਕ ਪੁੱਤਰ ਨਹੀਂ ਹੋ ਸਕਦਾ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਕਹਿ ਰਿਹਾ ਕਿ ਮਹਾਰਾਜ, ਪੁੱਤਰ ਬਿਨਾਂ ਜੀਣਾ ਮੇਰੇ ਲਈ ਬੇਕਾਰ ਹੈ, ਮੇਰੇ ਲਈ ਜਗਤ 'ਤੇ ਹਨੇਰਾ ਹੈ। ਇਹ ਸਾਰਾ ਰਾਜ ਭਾਗ ਤਖ਼ਤ
ਤਾਜ, ਸ਼ਾਹੀ ਮਹਿਲ, ਸੁੰਦਰ ਬਾਗ, ਸਜਾਵਟਾਂ ਮੇਰੇ ਦਿਲ ਨੂੰ ਮੋਹਣ ਦੀ ਬਜਾਏ ਮੈਨੂੰ ਖਾਣ ਪੈਂਦੀਆਂ ਹਨ। ਆਪ ਮੇਹਰਾਂ ਦੇ ਸਮੁੰਦਰ ਹੋ, ਮੇਰੀ ਕਿਸਮਤ ਨੂੰ ਰੰਗੋ, ਮੈਂ ਜਹਾਨ ਤੋਂ ਨਿਰਾਸ਼ ਨਾ ਜਾਵਾਂ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਫਿਰ ਕਹਿਣ ਲੱਗੇ ਕਿ ਰਾਜਨ, ਤੇਰੇ ਘਰ ਤੇਜ ਪ੍ਰਤਾਪ ਵਾਲਾ ਪੁੱਤਰ ਪੈਦਾ ਹੋਵੇਗਾ, ਤੂੰ ਨਿਰਾਸ਼ ਨਾ ਹੋ। ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਾਨ ਦਿਆ ਕਰ, ਸਾਧਾਂ ਸੰਤਾਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਿਆ ਕਰ। ਰਾਜਨ, ਭੁੱਖਿਆਂ ਦੇ ਢਿੱਡ ਭਰਿਆ ਕਰ ਅਤੇ ਗਰੀਬਾਂ ਦੀ ਮਦਦ ਕਰਿਆ ਕਰ, ਤੈਨੂੰ ਕਦੀ ਵੀ ਕਿਸੇ ਗੱਲ ਦਾ ਘਾਟਾ ਨਹੀਂ ਪਵੇਗਾ, ਸੰਸਾਰਕ ਸੁੱਖ ਤੇਰੇ ਅੱਗੇ ਪਿੱਛੇ ਰਹਿਣਗੇ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿੰਦੇ ਕਿ ਜੇ ਤੂੰ ਆਪਣੇ ਮਨ ਨੂੰ ਜਿੱਤੇਗਾ ਤਾਂ ਤੂੰ ਦੁਨੀਆਂ ਨੂੰ ਜਿੱਤ ਲਵੇਂਗਾ। ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿਣ ਲੱਗੇ ਕਿ ਰਾਜਨ, ਤੇਰਾ ਲੜਕਾ ਵੀ ਚੰਗਾ ਤੇਜ ਪ੍ਰਤਾਪ ਵਾਲਾ ਹੋਵੇਗਾ, ਜਾ ਮੌਜ ਕਰ। ਜਦ ਇਸ ਤਰ੍ਹਾਂ ਮਹਾਰਾਜ ਨੇ ਵਰ ਦਿੱਤਾ ਤਾਂ ਰਾਜਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਗਿਆ ਅਤੇ ਬਾਬਾ ਜੀ ਦਾ ਸ਼ੁਕਰ ਕੀਤਾ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਤੋਂ ਛੁੱਟੀਆਂ ਲੈ ਕੇ ਰਾਜਮਹਿਲ ਵਿੱਚ ਚਲਾ ਗਿਆ। ਹੁਣ ਸਮਾਂ ਬੀਤਦਾ ਗਿਆ, ਪੂਰੇ 10 ਮਹੀਨੇ ਮਗਰੋਂ ਰਾਜੇ ਦੇ ਘਰ ਬਹੁਤ ਸੋਹਣੇ ਪੁੱਤਰ ਨੇ ਜਨਮ ਲਿਆ ਅਤੇ ਪੂਰੀ ਜਗਨਨਾਥਪੁਰੀ ਨੇ ਹੀ ਖੁਸ਼ੀਆਂ ਮਨਾਈਆਂ। ਰਾਜੇ ਉਦੇ ਸੈਨ ਨੇ ਗਰੀਬਾਂ ਨੂੰ ਦਿਲ ਖੋਲ੍ਹ ਕੇ ਮੂੰਹ ਮੰਗਿਆ ਦਾਨ ਦਿੱਤਾ, ਜੋ ਜੋ ਕਿਸੇ ਨੇ ਮੰਗਿਆ ਰਾਜੇ ਨੇ ਨਾ ਕੀਤਾ। ਸ਼ਾਹੀ ਹੁਕਮ ਜਾਰੀ ਕਰ ਦਿੱਤੇ ਕਿ ਕੋਈ ਵੀ ਸਵਾਲੀ ਦਰ ਤੋਂ ਖਾਲੀ ਨਾ ਜਾਵੇ। ਰਾਤ ਨੂੰ ਦੀਪਮਾਲਾ ਕੀਤੀ ਅਤੇ ਪਾਠ ਅਤੇ ਪੂਜਾ ਯੱਗ ਕੀਤੇ। ਹੁਣ ਚੰਗੇ ਚੰਗੇ ਵਿਦਵਾਨ ਸਦਕੇ ਲੜਕੇ ਦੀ ਜਨਮਪੱਤਰੀ ਬਣਾਈ ਗਈ, ਪਰ ਪੰਡਤਾਂ ਅਤੇ ਜੋਤਸ਼ੀਆਂ ਨੇ ਫਿਰ ਰੰਗ ਵਿੱਚ ਭੰਗ ਪਾ ਦਿੱਤੀ ਅਤੇ ਕਿਹਾ, ਰਾਜਨ, ਤੇਰੇ ਇਸ ਲੜਕੇ ਦੀ ਉਮਰ ਸਿਰਫ 11 ਸਾਲ 11 ਮਹੀਨੇ ਅਤੇ 11 ਦਿਨ ਹੈ ਅਤੇ ਕਹਿੰਦੇ ਇਸ ਤੋਂ ਬਾਅਦ ਤੈਨੂੰ ਇਸਦਾ ਦੁੱਖ ਫਿਰ ਵੇਖਣਾ ਪਵੇਗਾ। ਇਹ ਪੰਡਤਾਂ ਦੇ ਬੋਲ ਰਾਜੇ ਦੇ ਸੀਨੇ 'ਤੇ ਬੰਬ ਬਣ ਕੇ ਵੱਜੇ। ਰਾਜੇ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਵਜ਼ੀਰਾਂ, ਅਮੀਰਾਂ ਅਤੇ ਰਾਣੀਆਂ ਨੇ ਧੀਰਜ ਦਿੰਦੇ ਹੋਏ ਰਾਜੇ ਨੂੰ ਕਿਹਾ ਕਿ ਮਹਾਰਾਜ, ਈਸ਼ਵਰ ਦਾ ਸ਼ੁਕਰ ਕਰੋ, ਜਿਸ ਮਹਾਨ ਤਪੱਸਵੀ ਨੇ ਪੁੱਤਰ ਦਾ ਮੂੰਹ ਦਿਖਾਇਆ ਹੈ ਉਹ ਆਪੇ ਹੀ ਭਲੀ ਕਰੇਗਾ। ਇਹ ਗੱਲ ਸੁਣ ਕੇ ਰਾਜੇ ਨੂੰ ਥੋੜ੍ਹੀ ਸ਼ਾਂਤੀ ਹੋਈ। ਹੁਣ ਸਮਾਂ ਬੀਤਦਾ ਗਿਆ। ਕਹਿੰਦੇ ਹਨ ਕਿ ਕੋਈ ਵੀ ਦਿਨ ਸੋਚਿਆ ਹੋਵੇ ਉਹ ਅਖੀਰ ਇੱਕ ਦਿਨ ਆ ਹੀ ਜਾਂਦਾ ਹੈ। ਅਖੀਰ ਉਹ ਸਮਾਂ ਆ ਗਿਆ ਕਿ ਲੜਕਾ 11 ਸਾਲ ਦਾ ਹੋ ਗਿਆ। ਰਾਜੇ ਦਾ ਗਮ ਦੇ ਨਾਲ ਸਰੀਰ ਅੱਧਾ ਹੋ ਗਿਆ। ਜਦੋਂ 2 ਕੁ ਮਹੀਨੇ ਰਹਿ ਗਏ ਤਾਂ ਮਨ ਵਿੱਚ ਸੋਚਦਾ ਹੈ ਕਿ ਮੇਰੇ ਪੁੱਤਰ ਦੀ ਉਮਰ ਬਹੁਤ ਥੋੜ੍ਹੀ ਹੈ, ਥੋੜ੍ਹੇ ਦਿਨ ਰਹਿ ਗਏ ਹਨ, ਕਿਉਂ ਨਾ ਇਸਨੂੰ ਵਜ਼ੀਰਾਂ ਨਾਲ ਭੇਜ ਕੇ ਇਸਨੂੰ ਜੰਗਲ ਵਿੱਚ ਛੱਡ ਦਿੱਤਾ ਜਾਵੇ। ਹੁਣ ਰਾਜੇ ਨੇ ਆਪਣੇ ਪੁੱਤਰ ਨੂੰ ਸੋਹਣੇ ਵਸਤਰ ਪਵਾ ਕੇ ਸੈਰ ਕਰਨ ਦੇ ਬਹਾਨੇ ਜੰਗਲਾਂ ਵੱਲ ਭੇਜ ਦਿੱਤਾ। ਰਾਜੇ ਦੇ ਵਜ਼ੀਰ ਉਸਨੂੰ ਉਜਾੜ ਜੰਗਲ ਵਿੱਚ ਛੱਡ ਆਏ। ਲੜਕਾ ਬਹੁਤ ਘਬਰਾਇਆ ਅਤੇ ਰੋਣ ਲੱਗਾ। ਲੜਕਾ ਕਾਫੀ ਦਿਨ ਭੁੱਖਾ ਪਿਆਸਾ ਜੰਗਲ ਵਿੱਚ ਘੁੰਮਦਾ ਰਿਹਾ, ਪਰ ਕਹਿੰਦੇ ਕਿ ਘਟ ਘਟ ਦੀਆਂ ਜਾਣਨਹਾਰ ਬਾਬਾ ਸ਼੍ਰੀ ਚੰਦ ਮਹਾਰਾਜ ਫਿਰ ਜਗਨਨਾਥਪੁਰੀ ਜੰਗਲਾਂ ਵਿੱਚ ਧੂਣਾ ਲਾਈ ਬੈਠੇ ਸਨ ਕਿ ਅਚਾਨਕ ਉਸ ਬੱਚੇ ਦੀ ਨਿਗਾਹ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਉੱਤੇ ਪੈ ਗਈ।
ਅਤੇ ਬੱਚਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ ਆ ਗਿਆ। ਨਮਸਕਾਰ ਕੀਤੀ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ ਬੈਠ ਗਿਆ। ਬਾਬਾ ਸ਼੍ਰੀ ਚੰਦ ਮਹਾਰਾਜ ਉਸ ਬੱਚੇ ਨੂੰ ਕਹਿਣ ਲੱਗੇ ਕਿ ਤੂੰ ਇਸ ਜੰਗਲ ਵਿੱਚ ਕੀ ਕਰ ਰਿਹਾ ਹੈ? ਤਾਂ ਕਹਿੰਦੇ ਹਨ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਰੋ ਰੋ ਕੇ ਉਸ ਬੱਚੇ ਨੇ ਸਾਰੀ ਆਪਣੀ ਹੱਡਬੀਤੀ ਸੁਣਾਈ ਅਤੇ ਕਹਿਣ ਲੱਗਾ ਕਿ ਮਹਾਰਾਜ, ਮੈਂ ਜਗਨਨਾਥਪੁਰੀ ਰਾਜੇ ਉਦੇ ਸੈਨ ਦਾ ਪੁੱਤਰ ਹਾਂ। ਮੇਰਾ ਜਨਮ ਇੱਕ ਮਹਾਨ ਤਪੱਸਵੀ ਦੇ ਵਰ ਨਾਲ ਹੋਇਆ ਸੀ ਅਤੇ ਪੰਡਿਤਾਂ ਨੇ ਹੁਣ ਵਹਿਮ ਪਾ ਦਿੱਤਾ ਹੈ ਕਿ ਰਾਜਨ, ਤੇਰੇ ਪੁੱਤਰ ਦੀ ਉਮਰ ਬਹੁਤ ਥੋੜ੍ਹੀ ਹੈ। ਮੇਰੇ ਮਾਤਾ ਪਿਤਾ ਮੈਨੂੰ ਆਪਣੀਆਂ ਅੱਖਾਂ ਸਾਹਮਣੇ ਮਰਦਾ ਹੋਇਆ ਨਾ ਦੇਖ ਸਕੇ ਅਤੇ ਮੈਨੂੰ ਜੰਗਲ ਵਿੱਚ ਛੱਡ ਗਏ ਹਨ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿਣ ਲੱਗੇ ਕਿ ਪੰਡਿਤਾਂ ਨੇ ਕਿੰਨੀ ਉਮਰ ਦੱਸੀ ਹੈ? ਤਾਂ ਅੱਗੋਂ ਉਹ ਬਾਲਕ ਕਹਿਣ ਲੱਗਾ ਕਿ ਮਹਾਰਾਜ, ਮੇਰੀ ਉਮਰ 11 ਸਾਲ 11 ਮਹੀਨੇ ਅਤੇ 11 ਦਿਨ ਹੈ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਮੁਸਕਰਾਏ ਅਤੇ ਕਹਿਣ ਲੱਗੇ ਕਿ 11 ਸਾਲ ਵਿੱਚੋਂ ਇੱਕ ਕੱਢ ਲੈ, 11 ਮਹੀਨਿਆਂ ਵਿੱਚੋਂ ਇੱਕ ਕੱਢ ਲੈ ਅਤੇ 11 ਦਿਨਾਂ ਵਿੱਚੋਂ ਇੱਕ ਕੱਢ ਲੈ। ਬਾਬਾ ਜੀ ਨੇ ਤਿੰਨੇ ਇੱਕਿਆਂ ਨੂੰ ਜੋੜ ਕੇ ਕਿਹਾ ਕਿ ਪੁੱਤਰ, ਤੇਰੀ ਉਮਰ ਹੈ 111 ਸਾਲ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਉਸ ਬਾਲਕ ਨੂੰ ਨਵਾਂ ਜੀਵਨ ਦਿੱਤਾ ਅਤੇ ਉਸ ਬਾਲਕ ਦੀ 11 ਸਾਲ ਦੀ ਉਮਰ ਤੋਂ 111 ਸਾਲ ਉਮਰ ਲੰਬੀ ਹੋਰ ਕੀਤੀ। ਹੁਣ ਕਾਫੀ ਸਮਾਂ ਬੀਤਣ ਤੋਂ ਬਾਅਦ ਰਾਜਾ ਉਦੇ ਸੈਨ ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਫਿਰ ਉਸ ਉਜਾੜ ਜੰਗਲ ਵੱਲ ਨਿਕਲ ਗਿਆ ਅਤੇ ਕਹਿੰਦੇ ਹਨ ਕਿ ਜਦੋਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਧੂਣਾ ਲੱਗਿਆ ਦੇਖਿਆ ਤਾਂ ਬਾਬਾ ਜੀ ਦੇ ਕੋਲ ਪਹੁੰਚ ਗਿਆ ਅਤੇ ਆਪਣੇ ਪੁੱਤਰ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ, ਮੈਨੂੰ ਪੰਡਿਤਾਂ ਨੇ ਫਿਰ ਤੋਂ ਵਹਿਮ ਪਾ ਦਿੱਤਾ ਸੀ ਕਿ ਉਸ ਮਹਾਨ ਤਪੱਸਵੀ ਨੇ ਤੈਨੂੰ ਪੁੱਤਰ ਤਾਂ ਦਿੱਤਾ ਪਰ ਉਮਰ ਬਹੁਤ ਥੋੜ੍ਹੀ ਦਿੱਤੀ, 11 ਸਾਲ 11 ਦਿਨ 11 ਮਹੀਨੇ। ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ, ਮੈਂ ਆਪਣੇ ਪੁੱਤਰ ਨੂੰ ਵਾਪਸ ਰਾਜ ਮਹਿਲ ਵਿੱਚ ਲੈ ਕੇ ਜਾਣਾ ਹੈ। ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿਣ ਲੱਗੇ ਕਿ ਰਾਜਨ, ਤੁਸੀਂ ਆਪਣੇ ਪੁੱਤਰ ਨੂੰ ਲੈ ਜਾਓ। ਹੁਣ ਜਦੋਂ ਇੰਨੀ ਗੱਲ ਉਸ ਬਾਲਕ ਨੇ ਸੁਣੀ ਨਾ ਤਾਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਨਹੀਂ ਮਹਾਰਾਜ, ਮੈਨੂੰ ਜੀਵਨ ਦਾਨ ਤੁਸੀਂ ਦਿੱਤਾ ਹੈ, ਮੇਰੀ 11 ਸਾਲ ਦੀ ਉਮਰ ਤੋਂ 111 ਸਾਲ ਉਮਰ ਤੁਸੀਂ ਕੀਤੀ ਹੈ, ਮੈਂ ਰਾਜਨ ਦੇ ਨਾਲ ਨਹੀਂ ਜਾਣਾ। ਅਤੇ ਮਹਾਰਾਜ ਕਿਰਪਾ ਕਰੋ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ, ਤੂੰ ਰਾਜ ਭਾਗ ਦਾ ਮਾਲਕ ਹੈ, ਤੂੰ ਕਿਉਂ ਨਹੀਂ ਜਾ ਰਿਹਾ? ਤਾਂ ਉਹ ਬਾਲਕ ਕਹਿਣ ਲੱਗਾ ਕਿ ਬਾਬਾ ਜੀ, ਮੈਂ ਰਾਜਮਹਿਲ ਦੇ ਵਿੱਚ ਨਹੀਂ ਜਾਣਾ, ਮੈਨੂੰ ਆਪ ਆਪਣੇ ਚਰਨਾਂ ਦੇ ਵਿੱਚ ਰੱਖ ਲਓ, ਆਪ ਮੈਨੂੰ ਜੀਵਨ ਦਾਨ ਦੇਣ ਵਾਲੇ ਹੋ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿਣ ਲੱਗੇ ਕਿ ਨਹੀਂ, ਤੁਹਾਡੇ ਕਰਮਾਂ ਦੇ ਵਿੱਚ ਰਾਜ ਭਾਗ ਹੈ, ਅਸੀਂ ਜੰਗਲਾਂ ਦੇ ਵਾਸੀ ਹਾਂ ਅਤੇ ਅਸੀਂ ਸਾਰੀ ਜ਼ਿੰਦਗੀ ਜੰਗਲਾਂ ਦੇ ਵਿੱਚ ਹੀ ਕੱਟਣੀ ਹੈ ਅਤੇ ਤੁਸੀਂ ਆਪਣਾ ਜਾ ਕੇ ਰਾਜ ਭਾਗ ਸਾਂਭੋ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਉਸ ਬਾਲਕ ਨੂੰ ਸਮਝਾਇਆ ਕਿ ਤੁਹਾਡੇ ਕਰਮਾਂ ਵਿੱਚ ਰਾਜ ਭਾਗ ਨੇ, ਸੁੱਖ ਨੇ। ਰਾਜੇ ਉਦੇ ਸੈਨ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਬਹੁਤ ਧੰਨਵਾਦ ਕੀਤਾ
ਰਾਜੇ ਉਦੇ ਸੈਨ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਇਆ ਅਤੇ ਆਪਣੇ ਮਹਿਲਾਂ ਨੂੰ ਆ ਗਿਆ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਜਿਸ ਸਮੁੰਦਰ ਦੇ ਕਿਨਾਰੇ ਧੂਣਾ ਤਾਇਆ ਸੀ ਅਤੇ ਜਿਸ ਜਗ੍ਹਾ 'ਤੇ ਆਸਣ ਲਗਾਇਆ ਸੀ, ਹੁਣ ਜਿਸ ਜਗ੍ਹਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਧੂਣਾ ਤਾ ਕੇ ਬੈਠੇ ਸਨ, ਉਸ ਜਗ੍ਹਾ 'ਤੇ ਰਾਜਨ ਨੇ ਕਾਫ਼ੀ ਧਨ ਖਰਚ ਕਰਕੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨਾਮ ਦਾ ਆਸ਼ਰਮ ਬਣਾ ਦਿੱਤਾ, ਜੋ ਕਿ ਅੱਜ ਵੀ ਸਾਧੂਆਂ ਸੰਤਾਂ ਦੀ ਉੱਥੇ ਸੇਵਾ ਹੁੰਦੀ ਹੈ। ਅਗਲਾ ਇਤਿਹਾਸ ਲੈ ਕੇ ਫਿਰ ਆਪ ਜੀ ਦੇ ਪਾਸ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਰੂਰੀ ਬੇਨਤੀ ਆ ਕਿ ਜੋ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਖਿਲਾਫ ਕਮੈਂਟ ਵੀਰ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਕਹਿਣੇ ਵਿੱਚ ਨਹੀਂ ਸਨ ਉਹਨਾਂ ਦੇ ਪੁੱਤਰ, ਅਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹਿਣੇ ਵਿੱਚ 84 ਲੱਖ ਜੂਨ ਹੈ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਅਤੇ ਲਖਮੀ ਚੰਦ ਤਾਂ ਉਹਨਾਂ ਦੇ ਪੁੱਤਰ ਸੀ। ਗੁਰੂ ਨਾਨਕ ਦੇਵ ਜੀ ਦੇ ਕਹਿਣੇ ਵਿੱਚ ਤਾਂ ਪੌਣ ਪਾਣੀ ਬਸੰਤਰ ਸਭ ਕੁਝ ਹੀ ਗੁਰੂ ਨਾਨਕ ਦੇਵ ਜੀ ਦੇ ਕਹਿਣੇ ਵਿੱਚ ਹਨ। ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਜੋ ਕਮੈਂਟ ਕਰਕੇ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਕਹਿਣੇ ਵਿੱਚ ਨਹੀਂ ਸੀ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ 6 ਪਾਤਸ਼ਾਹੀਆਂ ਗਈਆਂ ਸਨ ਉਹਨਾਂ ਦੇ ਦਰਸ਼ਨ ਦੀਦਾਰੀ ਕਰਨ ਵਾਸਤੇ। ਹੁਣ ਇਹ ਨਾ ਕਿਹੋ ਕਿ 6 ਪਾਤਸ਼ਾਹੀਆਂ ਵੀ ਗੁਰੂ ਨਾਨਕ ਦੇਵ ਜੀ ਦੇ ਕਹਿਣੇ ਵਿੱਚ ਨਹੀਂ ਸਨ। ਬਹੁਤ ਸਾਰੇ ਪ੍ਰਚਾਰਕ ਵੀ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦਾ ਕੋਈ ਮੇਲ ਨਹੀਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਕਹਿਣੇ ਵਿੱਚ ਨਹੀਂ ਸਨ, ਅਤੇ ਇੱਕ ਪਾਸੇ ਪ੍ਰਚਾਰ ਕਰਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹਿਣੇ ਵਿੱਚ 84 ਲੱਖ ਜੂਨ ਹੈ। ਹੁਣ ਸਮਝ ਨਹੀਂ ਆਉਂਦੀ ਕਿ 84 ਲੱਖ ਜੂਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹਿਣੇ ਵਿੱਚ ਹੈ ਪਰ ਪੁੱਤਰ ਕਿਉਂ ਨਹੀਂ। ਕਹਿੰਦੇ ਹਨ ਕਿ ਸਾਨੂੰ ਬਾਬਾ ਸ਼੍ਰੀ ਚੰਦ ਜੀ ਦੇ ਦਰ ਘਰ ਜਾਣਾ ਨਹੀਂ ਚਾਹੀਦਾ, ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰ 'ਤੇ ਜਾਣਾ ਮੂਰਖਤਾ ਹੈ, ਮਤਲਬ ਕਿ ਮੂਰਖ ਲੋਕ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਜਾਂਦੇ ਹਨ। ਅਤੇ ਮੈਂ ਉਹਨਾਂ ਪ੍ਰਚਾਰਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ ਸਭ ਤੋਂ ਪਹਿਲਾਂ 6 ਪਾਤਸ਼ਾਹੀਆਂ ਗਈਆਂ ਸੀ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਗੁਰੂ ਸਪੁੱਤਰ ਜਾਣ ਕੇ ਬਹੁਤ ਸਤਿਕਾਰ ਦਿੰਦੀਆਂ ਸੀ। ਬਹੁਤ ਸਾਰੇ ਪ੍ਰਚਾਰਕ ਕਹਿੰਦੇ ਹਨ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨਾਲ ਸਿੱਖਾਂ ਦਾ ਕੋਈ ਮੇਲ ਨਹੀਂ ਅਤੇ ਸਿੱਖਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਦਰ ਨਹੀਂ ਜਾਣਾ ਚਾਹੀਦਾ। ਜਿਨ੍ਹਾਂ ਵਿੱਚੋਂ ਰਣਜੀਤ ਸਿੰਘ ਢੰਡਰੀਆਂ ਵਾਲੇ, ਸਰਬਜੀਤ ਸਿੰਘ ਧੁੰਦਾ, ਇਹ ਕਹਿੰਦੇ ਹਨ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨਾਲ ਸਿੱਖਾਂ ਦਾ ਕੋਈ ਮੇਲ ਨਹੀਂ ਅਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ 6 ਪਾਤਸ਼ਾਹੀਆਂ ਤੱਕ ਗਈਆਂ ਸਨ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਪੁੱਤਰ ਬਾਬਾ ਮੋਹਨ ਜੀ ਭੇਟ ਕੀਤਾ ਸੀ ਅਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਪਣਾ ਪੁੱਤਰ ਬਾਬਾ ਗੁਰਦਿੱਤਾ ਜੀ ਭੇਟ ਕਰਕੇ ਆਏ ਸਨ। ਕਿ ਉਹ ਸਿੱਖੀ ਤੋਂ ਉਲਟ ਸਨ ਜਾਂ ਉਹ ਸਿੱਖ ਧਰਮ ਵਿੱਚ ਨਹੀਂ ਸਨ? ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ 5ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਾਠ ਸਾਹਿਬ ਚੱਲ ਕੇ ਗਏ ਸਨ ਅਤੇ 5 ਮਹੀਨੇ 27 ਦਿਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਸਮਾਧੀ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ ਸਨ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਗੁਰੂ ਸਪੁੱਤਰ ਜਾਣ ਕੇ ਬਹੁਤ ਸਤਿਕਾਰ ਕਰਦੇ ਸਨ। ਹੁਣ ਇਹ ਨਾ ਕਹਿਣਾ ਕਿ ਉਹਨਾਂ ਨੂੰ ਸਾਡੇ ਜਿੰਨਾ ਗਿਆਨ ਨਹੀਂ ਸੀ,
ਕਹਿੰਦੇ ਹਨ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰ ਦਾ ਨਾਮ ਸ਼੍ਰੀ ਚੰਦ ਇਸ ਕਰਕੇ ਰੱਖਿਆ। ਕਹਿੰਦੇ ਹਨ ਕਿ ਸ਼੍ਰੀ ਉਦੋਂ ਕਹੀਦਾ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਸਤਿਕਾਰ ਦੇਣਾ ਹੋਵੇ, ਅਤੇ ਕਹਿੰਦੇ ਜਿਹੜਾ ਵੀ ਮੇਰੇ ਪੁੱਤਰ ਦਾ ਨਾਮ ਲਵੇਗਾ ਨਾ ਅਤੇ ਇੱਕ ਵਾਰ ਸ਼੍ਰੀ ਜ਼ਰੂਰ ਕਹੇਗਾ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਜਿੱਥੇ ਇਨਸਾਨਾਂ ਨੂੰ ਰਾਹੇ ਪਾਇਆ, ਉੱਥੇ ਵੱਡੇ ਵੱਡੇ ਖੂੰਖਾਰ ਜੰਗਲੀ ਜੀਵਾਂ ਨੂੰ ਵੀ ਸਿੱਧੇ ਰਾਹ 'ਤੇ ਪਾਇਆ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਜਦੋਂ ਘਰ ਲੈ ਕੇ ਆਉਣਾ ਅਤੇ ਬਾਬਾ ਜੀ ਨੇ ਕਹਿਣਾ ਕਿ ਮੇਰਾ ਉਜਾੜ ਜਗ੍ਹਾ 'ਤੇ ਮਨ ਨਹੀਂ ਲੱਗਦਾ। ਵਸੋਂ ਨੂੰ ਉਜਾੜ ਕਹਿਣਾ, ਉਜਾੜ ਨੂੰ ਵਸੋਂ ਕਹਿਣਾ। ਕਹਿੰਦੇ ਕਿ ਜਿਹੜਾ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਨਾਮ ਲੈ ਲੈਂਦਾ ਨਾ, ਉਹਨੂੰ ਦੁਨੀਆਂ ਦੇ ਸੁੱਖ ਹੀ ਨਹੀਂ ਮਿਲਦੇ, ਉਹ ਤਾਂ ਪਰਲੋਕ ਦੇ ਵਿੱਚ ਵੀ ਜਗ੍ਹਾ ਪੱਕੀ ਕਰ ਲੈਂਦਾ। ਕਹਿੰਦੇ ਹਨ ਕਿ ਗੁਰੂ ਨਾਨਕ ਜਿਨ ਸੁਣਿਆ ਜਿਨ ਪੇਖਿਆ ਫਿਰ ਗਰਭਾਸ ਨਾ ਪਰਿਆ ਰੇ। 33 ਕਰੋੜ ਦੇਵੀ ਦੇਵਤਾ ਰਲ ਮਿਲ ਕਰਨ ਪੁਕਾਰ ਕਿ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹਿਣੇ ਵਿੱਚ 84 ਲੱਖ ਜੂਨ ਹੈ, ਪੌਣ ਪਾਣੀ ਬਸੰਤਰ ਸਭ ਉਹਨਾਂ ਦੇ ਕਹਿਣੇ ਵਿੱਚ ਹਨ। ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।